ਸਭ ਤੋਂ ਪਹਿਲਾਂ ਜੀ ਮੈਂ ਸਭ ਤੋਂ ਪਹਿਲਾਂ ਮੈਂ ਜੀ ਜਦੋਂ ਵੀ ਕਦੀ ਮੇਰੀ ਇੰਟਰਵਿਊ ਹੋਊਗੀ ਮੈਂ ਰੱਬ ਦਾ ਨਾਮ ਲੈਣਾ, ਕਿਉਂਕਿ ਮੈਂ ਰੱਬ ਨੂੰ ਮੰਨਣ ਵਾਲਾ ਬੰਦਾ, ਮੈਂ ਸਿੱਧਾ ਸਿੱਧਾ ਬੰਦਾ ਵਾ, ਮੇਰੇ ਦਿਮਾਗ 'ਚ ਕੋਈ ਚੋਰ ਕੋਈ ਸ਼ੈਤਾਨੀ ਇੱਦਾਂ ਦੀ ਨਹੀਂ ਹੈਗੀ। ਪਹਿਲਾਂ ਮੈਂ ਰੱਬ ਦਾ ਨਾਮ ਲਊਂਗਾ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਜੈ ਭੀਮ ਜੈ ਭਾਰਤ ਜੈ ਵਾਲਮੀਕਿ ਹਰ ਹਰ ਵਾਲਮੀਕਿ ਧੰਨ ਧੰਨ ਸ਼੍ਰੀ ਗੁਰੂ ਸਤਿਗੁਰੂ ਮਹਾਰਾਜ ਔਰ ਹਲਾਲੂਇਆ ਗੌਂਸ ਬਾ ਖੁਸ਼ੀ ਅੱਲਾਹ ਤਾਲਾ ਸਭ ਨੂੰ ਖੁਸ਼ ਰੱਖੇ। ਤੂੰ ਹੀ ਨਿਰੰਕਾਰ ਮੈਂ ਤੇਰੀ ਸ਼ਰਨ ਹਾਂ ਮੈਨੂੰ ਬਖਸ਼ੋ, ਜਗਾਰਾ ਮਾਂ ਚਿੰਤਪੁਰੀ ਦਾ ਬੋਲ ਸਾਚੇ ਦਾ ਦਰਬਾਰ ਕੀ ਜੈ ਔਰ ਜਗਾਰਾ ਜਗਾਰਾ ਸਤਿਗੁਰੂ ਰਵੀ ਮਹਾਰਾਜ ਜਗਾਰਾ ਮਹਾਰਾਜ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਸਾਡੇ ਗੁਰੂ ਜੀ ਦਾ। ਔਰ ਆਪਾਂ ਗੱਲ ਕਰੀਏ ਦੇਖੋ ਜੀ, ਇਹ ਇਲੈਕਸ਼ਨ ਵਾਰਾਣਸੀ ਤੋਂ ਅੰਮ੍ਰਿਤਸਰ ਤੋਂ ਜਲੰਧਰ ਤੋਂ ਅਤੇ ਲੁਧਿਆਣਾ ਤੋਂ ਇਹ ਸੀਟਾਂ ਸਾਡੀਆਂ ਪੱਕੀਆਂ ਹੋ ਚੁੱਕੀਆਂ ਨੇ ਅਤੇ ਬਹੁਤ ਵੱਡੇ ਐਲਾਨ ਦੇ ਨਾਲ ਆਪਾਂ ਜਿੱਤ ਕੇ ਦਿਖਾਵਾਂਗੇ। ਔਰ ਜਿਹੜੇ ਜਿਹੜੇ ਬੰਦੇ ਖੜ੍ਹੇ ਆ ਸਾਡੇ ਸਾਹਮਣੇ, ਸਾਨੂੰ ਮਾਤਾ ਚਿੰਤਪੁਰਨੀ ਦਾ ਆਸ਼ੀਰਵਾਦ ਆ ਜੀ, ਉਹ ਸਾਡੇ ਸਾਹਮਣੇ ਬੁਰੇ ਤਰੀਕੇ ਨਾਲ ਹਾਰਨਗੇ। ਔਰ ਇਹ ਵੱਡਾ ਐਲਾਨ ਆ, ਕਿਉਂਕਿ ਅੱਜ ਮੈਂ ਅੰਮ੍ਰਿਤਸਰ ਦੇ ਵਿੱਚ ਪਹਿਲੀ ਵਾਰ ਉਦੋਂ ਆਇਆ ਸੀ ਜਦੋਂ ਆਟੋ ਵਾਲੇ ਦਾ ਪੰਗਾ ਪਿਆ ਸੀਗਾ, ਠੀਕ ਆ, ਆਹ ਦੂਜੀ ਵਾਰੀ ਆ ਜੀ। ਪਰ ਕਿਸੇ ਟਾਈਮ 'ਤੇ ਜੇ ਸਾਡੇ ਐਸੀ ਸਮਾਜ ਭਾਈਚਾਰੇ ਨੂੰ ਕੋਈ ਬੰਦਾ ਵੱਡਾ ਲੀਡਰ ਗਾਲਾਂ ਕੱਢਦਾ, ਅੰਮ੍ਰਿਤਸਰ ਦੇ ਵਿੱਚ ਹੀ ਆ ਬੰਦਾ, ਮੈਂ ਨਾਮ ਨਹੀਂ ਲਊਂਗਾ, ਹੁਣ ਤੁਸੀਂ ਆਪ ਹੀ ਸਮਝ ਲਓਗੇ, ਉਹ ਗਾਲਾਂ ਕੱਢ ਕੇ ਅਤੇ MP ਦੀ ਸੀਟ ਲੜਨਾ ਚਾਹੁੰਦਾ ਸਾਡੇ ਸਾਹਮਣੇ, ਜਿੱਥੋਂ ਮੈਨੂੰ ਖੁੰਦਕ ਆਈ ਆ, ਜਿੱਥੋਂ ਮੈਨੂੰ ਐਸੀ ਸਮਾਜ ਭਾਈਚਾਰੇ ਨੂੰ ਗਾਲਾਂ ਕੱਢ ਕੇ, ਹੈ ਤੂੰ ਸ਼ਰਿਆਮ ਗਾਲਾਂ ਕੱਢ ਕੇ, ਤੂੰ ਮੈਂ ਦੱਸ ਨਾਮ ਨਹੀਂ ਦੱਸਦਾ ਜੀ, ਨਹੀਂ ਕਲੀਅਰ ਲੋਕਾਂ ਨੂੰ ਦੇਖੋ, ਮੈਨੂੰ ਦੁੱਖ ਸੀਗਾ ਕਿ ਮੇਰੇ ਐਸੀ ਭਾਈਚਾਰੇ ਨੂੰ ਗਾਲਾਂ ਕੱਢੀਆਂ ਗਈਆਂ। ਅੱਜ ਮੈਂ ਅੰਮ੍ਰਿਤਸਰ ਦੇ ਵਿੱਚ ਪਹੁੰਚਿਆ ਅਤੇ ਮੈਂ ਖੁੱਲ੍ਹ ਕੇ ਵਿਰੋਧ ਉਸ ਬੰਦੇ ਦਾ ਕਰੂੰਗਾ ਇਲੈਕਸ਼ਨ ਦੇ ਵਿੱਚ, ਉਹਦੀਆਂ ਮੈਂ ਪੁੱਛਾਂ ਛੱਲੀਆਂ ਦਾਣੇ ਗੁੱਡੀਆਂ ਕੀ ਕੁਛ ਮੈਂ ਕੱਢਦਾ ਵਾਂ, ਇਹ ਹੁਣ ਤੁਹਾਨੂੰ ਅੰਮ੍ਰਿਤਸਰ 'ਚ ਪਤਾ ਲੱਗੇਗਾ, ਕਿਉਂਕਿ ਮੈਂ ਵਾਰਾਣਸੀ ਮੋਦੀ ਦੇ ਸਾਹਮਣੇ ਜੀ, ਮੋਦੀ ਸਾਹਿਬ ਦੇ ਸਾਹਮਣੇ। ਉਹ ਦੇਖੋ ਜੇ ਉਹ ਰਾਜਾ ਵਾ ਨਾ, ਉਹ ਰਾਜਾ ਕਾਹਦਾ ਵਾ ਜਦੋਂ ਸਾਹਮਣੇ ਕੋਈ ਪ੍ਰਜਾ ਨਾ ਖੜੀ ਹੋਈ, ਇਹ ਤਾਂ ਮਨ ਮਰਜ਼ੀ ਦਾ ਮਾਲਕ ਹੋ ਗਿਆ ਨਾ। ਉਹ ਲੋਕੀ ਕਹਿੰਦੇ ਫਾਰਮ ਲੈਂਦੇ ਸੱਤ, ਇੱਥੇ ਬੰਦੇ ਉਹਦੇ ਸਾਹਮਣੇ ਫਾਰਮ ਵਾਪਸ ਲਈ ਜਾਂਦੇ ਪਏ ਆ, ਤਾਂ ਤੂੰ ਉਹਦੇ ਸਾਹਮਣੇ ਖੜਾ ਜਾ, ਉਹ ਰੱਬ ਨਹੀਂ ਹੈਗਾ, ਸਾਨੂੰ ਹੱਕ ਵਾ, ਸਾਡਾ ਪ੍ਰੋਪਗੈਂਡਾ ਸੈਕਟਰੀ ਸਾਨੂੰ ਡਾਕਟਰ ਭੀਮ ਰਾਓ ਬਾਬਾ ਸਾਹਿਬ ਨੇ ਸੰਵਿਧਾਨ ਦੇ ਵਿੱਚ ਹੱਕ ਦਿੱਤਾ, ਇੱਕ ਰਿਕਸ਼ੇ ਚਲਾਉਣ ਵਾਲਾ ਵੀ ਇਲੈਕਸ਼ਨ ਲੜ ਸਕਦਾ ਵਾ। ਔਰ ਜਿਹੜਾ ਬੰਦਾ ਸਾਡੇ ਐਸੀ ਸਮਾਜ ਨੂੰ ਗਾਲਾਂ ਕੱਢਦਾ, ਅੱਜ ਉਹਦਾ ਖੁੱਲ੍ਹ ਕੇ ਵਿਰੋਧ ਕਰੂੰਗਾ ਮੈਂ ਡੱਟ ਕੇ। ਹਾਂਜੀ, ਅੰਮ੍ਰਿਤਸਰ ਤੋਂ ਮੇਰੀ ਵਾਈਫ ਖੜੀ ਹੋਏਗੀ, ਵਾਰਾਣਸੀ ਤੋਂ ਮੈਂ ਖੜਾ ਹੋ ਰਿਹਾ, ਜਲੰਧਰ ਤੋਂ ਮੈਂ ਖੜਾ ਹੋ ਰਿਹਾ ਅਤੇ ਲੁਧਿਆਣੇ ਤੋਂ ਭਾਬੀ ਚੁੰਮਿਆਂ ਵਾਲੀ। ਭਾਜੀ ਫਿਰ ਕੀ ਹੈ, ਆਪਣੀ ਟੀਮ ਹੈ, ਸਾਡੇ ਬੰਦੇ ਆ। ਔਰ ਜਿੱਥੇ ਹੰਸਰਾਜ ਹੰਸੀ ਖੜ੍ਹੇ ਹੋ ਰਹੇ ਆ ਭਾਜੀ ਅਤੇ ਅਨਮੋਲ ਭਾਜੀ ਖੜ੍ਹੇ ਹੋ ਰਹੇ ਆ, ਉੱਥੇ ਮੇਰਾ ਪੱਪੂ ਚਾਹ ਵਾਲਾ ਖੜ੍ਹਾ ਹੋ ਰਿਹਾ ਕਿ ਜਿਹੜੀ ਚਾਹ ਦੀ ਦੁਕਾਨ ਆ ਰੇਹੜੀ ਲੱਗਦੀ ਆ। ਹਾਂਜੀ, ਉਹ ਵੀ ਹਾਰ ਜਾਏਗਾ, ਸਾਡੇ ਸਾਹਮਣੇ ਕੋਈ ਨਹੀਂ ਟਿਕ ਸਕਦਾ, ਇਹ ਗਰੰਟੀ ਆ। ਜਾਓ ਜੇ ਸਾਡੇ ਸਾਹਮਣੇ ਕੋਈ ਟਿਕ ਗਿਆ, ਅੱਬਲ ਤਾਂ ਜਿੰਨੇ ਟਿਕੇ ਸਾਰੇ ਹਾਰਨੇ ਸਾਡੇ ਸਾਹਮਣੇ, ਜਿਤਨਾ ਅਸੀਂ ਆ। ਮੈਂ ਕਹਿੰਦਾ ਵੀ ਜਦ ਵੱਡੇ ਵੱਡੇ ਲੀਡਰ ਪਾਰਟੀਆਂ ਬਦਲ ਸਕਦੇ ਆ, ਤੇ ਵੋਟਰ ਸਪੋਰਟਰ ਵੋਟਾਂ ਕਿਉਂ ਨਹੀਂ ਬਣ ਸਕਦੇ? ਦੇਖੋ ਮੁੱਦੇ ਮੈਂ ਨਹੀਂ ਦੱਸਣੇ ਜੀ, ਮੈਂ ਪਹਿਲੋ ਰੁਕੋ ਸਹੀ ਰੁਕੋ, ਔਰ ਖੜਦੇ ਜਾਓ। ਮੈਂ ਸ਼ਹਿਰ ਘੁੰਮੂੰਗਾ, ਇੱਥੇ ਦੇ ਨਸ਼ੇ ਦੇ ਮੁੱਦੇ, ਕਾਰੋਬਾਰ ਦੇ ਮੁੱਦੇ ਜੋ ਵੀ ਆ ਉਹ ਤਾਂ ਮੈਨੂੰ ਪਤਾ ਹੀ ਆ, ਬਾਕੀ ਮੁੱਦੇ ਡੰਪ ਦੇ ਜਿੱਥੋਂ ਇੱਥੋਂ ਡੰਪ ਕਿੱਥੇ ਆ, ਕੂੜੇ ਦਾ ਡੰਪ ਕਿੱਥੇ ਆ, ਕੀ ਪ੍ਰੋਬਲਮ ਆ ਰਹੀਆਂ, ਕੀ ਇੱਥੇ ਜਿੱਥੇ ਆਪਾਂ ਰੇਲਵੇ ਸਟੇਸ਼ਨ ਤੋਂ ਬਾਹਰ ਨਿਕਲਦੇ ਹਾਂ ਉੱਥੇ ਚਾਹ ਵਾਲੇ 120 ਰੁਪਏ ਦਾ ਕੱਪ ਚਾਹ ਲਾ ਦਿੰਦੇ ਬਈਆਂ ਨੂੰ, ਯਾਰ ਕਮਾਲ ਯਾਰ, ਸਾਡਾ ਦੇਸ਼ ਹੈ ਕਿ ਕੀ ਹੈ? ਪੰਜਾਬੀਆਂ ਸੇ ਬਈਆਂ ਤੇ ਖੜੀ, ਮੈਂ ਗੱਲ ਕਰ ਰਿਹਾ ਭਾਈ ਰੇਲਵੇ 'ਚ, ਮੈਂ ਮੂੰਹ ਤੇ ਰੁਮਾਲ ਬੰਨਿਆ, ਮੈਂ ਚਾਹ ਦਾ ਕੱਪ ਫੜਿਆ, ਕਹਿੰਦੇ 120 ਰੁਪਏ ਦਾ, ਮੈਂ ਕਿਹਾ ਵਾਹ ਓ ਰੱਬਾ, ਮੈਂ ਕਿਹਾ ਯਾਰ ਮੈਂ ਰੁਮਾਲ ਬੰਨਿਆ, ਮੈਨੂੰ ਅੱਗੇ ਵੀ ਇੱਕ ਆਟੋ ਵਾਲੇ ਲੁੱਟਿਆ ਸੀਗਾ, ਹੁਣ ਤੂੰ ਲੁੱਟਣ ਲੱਗ ਪਿਆ, ਮੈਂ ਕਿਹਾ ਵੀ ਇੱਥੇ ਭਾਜੀ ਪੈਸੇ ਤਾਂ ਮੈਂ ਲੈਂਦਾ ਨਹੀਂ, ਮੈਂ ਹਾਰ ਕਰਾ ਲੂੰਗਾ, ਪਰ ਮੈਂ ਇੱਦਾਂ ਦਾ ਆਪਣਾ ਮਾਨ ਨਹੀਂ ਵੇਚੂੰਗਾ, ਕਿਉਂਕਿ ਇੱਕ ਵੋਟਰਾਂ ਦਾ ਇਮਾਨ ਹੁੰਦਾ, ਉਹ ਬਟਨ ਦੱਬਦੇ ਆ, ਉਹ ਵਰਕਰ ਜਿਹੜੇ ਮਿਹਨਤ ਕਰਦੇ ਮਰ ਜਾਂਦੇ ਆ, ਤੇ ਵੱਡੇ ਲੀਡਰ ਪਾਰਟੀਆਂ ਬਦਲ ਲੱਗੇ, ਪਰ ਰਾਤੋ ਰਾਤ ਹੀ 50 ਕਰੋੜ 100 ਕਰੋੜ ਦਾ
ਚਕਮਾ ਜਿਹੜਾ ਦੇ ਦਿੰਦੇ ਆ। ਤੇ ਮੈਂ ਹੁਣ ਵੋਟਰਾਂ ਨੂੰ ਕਹਿਣਾ ਚਾਹੁੰਦਾ ਵੀ ਜਿੱਧਰੋਂ ਮਿਲਦੇ ਮਾਲ ਮੱਤਾ ਲੈ ਲਓ, ਪੈਸੇ ਧੇਲਾ ਜੋ ਕੁਛ ਮਿਲਦਾ ਲੈ ਲਓ, ਲੈਣ ਤੋਂ ਬਾਅਦ ਵੋਟਾਂ ਤੁਸੀਂ ਪਾ ਦਿਓ ਬਸ। ਵੋਟਾਂ ਮੇਰਾ ਬਜਟ ਬਹੁਤ ਥੋੜਾ ਜੀ, ਲੱਖ ਰੁਪਇਆ ਬਜਟ। ਦੇਖੋ ਚੋਣ ਨਿਸ਼ਾਨ ਤਾਂ ਲੋਕਾਂ ਨੇ ਦੇਣਾ ਜੀ, ਜੇ ਸਰਕਾਰ ਨੇ ਨਾ, ਸਰਕਾਰ ਨੇ ਚੋਣ ਨਿਸ਼ਾਨ ਦੇਣਾ, ਲੋਕਾਂ ਦੱਸਾਂਗਾ ਮੈਂ ਜਾ ਕੇ। ਮੈਂ ਭਾਈ ਆਜ਼ਾਦ, ਮੈਂ ਬੇਗਮਪੁਰਾ ਸਾਂਝਾ ਫਰੰਟ ਤੋਂ ਲੜ ਰਿਹਾ। ਦੇਖੋ ਪਿਛਲੀ ਵਾਰ ਛੱਡੋ, 4599 ਵੋਟਾਂ ਪਈਆਂ, 60 ਸਾਡੀਆਂ ਪਈਆਂ ਸੀਗਾ। ਨਾ ਮੈਂ ਕੋਈ ਦਾਰੂ ਵੰਡੀ ਸੀ, ਨਾ ਮੈਂ ਕੁਝ ਵੰਡਿਆ ਸੀਗਾ, ਇਹ ਸੱਚਾਈ ਦੀਆਂ ਵੋਟਾਂ ਨੇ। ਤੁਸੀਂ ਜਲੰਧਰ ਇੱਕ ਇੰਟਰਵਿਊ ਹੋਈ, ਉਹਦੇ ਵਿੱਚ ਤੁਸੀਂ ਕਿਹਾ 30-35 ਹਜ਼ਾਰ ਮੇਰਾ ਬਜਟ ਹੈ, ਉਹਨੂੰ ਲੈ ਕੇ ਚੱਲਾਂਗੇ। ਨਹੀਂ ਹੁਣ ਵੱਧ ਗਿਆ, ਹੁਣ ਵੱਧ ਗਿਆ, ਹੁਣ ਲੱਖ ਰੁਪਇਆ, ਹੁਣ ਲੱਖ ਰੁਪਇਆ ਵਧਿਆ। ਜੋ 4 ਜਗ੍ਹਾ ਇਲੈਕਸ਼ਨ ਲੜਨੀ ਭਾਜੀ, 4 ਜਗ੍ਹਾ ਇਲੈਕਸ਼ਨ ਲੜਨੀ ਆ, 4 ਜਗ੍ਹਾ ਦਾ ਵਜਨ ਨਹੀਂ ਵਜੂਗਾ। ਇੱਕ ਦਾ 50 ਹਜ਼ਾਰ ਇਹ ਭਾਜੀ ਕਮੇਟੀ ਚੱਕੀ ਮੈਂ, 90 ਹਜ਼ਾਰ ਰੁਪਏ ਘੱਟ, 10 ਹਜ਼ਾਰ ਰੁਪਏ ਘੱਟ, 90 ਹਜ਼ਾਰ ਪਰ ਪੂਰਾ ਕੀਤਾ ਮੈਂ ਆਪਣਾ। 10 ਹਜ਼ਾਰ ਲੋਕਾਂ ਕੋਲ ਮੰਗੂ, ਲੱਖ ਪੂਰਾ ਕਰਕੇ ਫਿਰ ਮੈਂ ਲੋਕਾਂ ਕੋਲ ਫੰਡ ਮੰਗ ਰਿਹਾ ਵਾਂ। ਦੇਖੋ ਸਭ ਤੋਂ ਵੱਡੀ ਇਹ ਗੱਲ ਆ ਕਿ ਮੋਦੀ ਦੇ ਸਾਹਮਣੇ, ਮੋਦੀ ਸਾਹਿਬ ਦੇ ਸਾਹਮਣੇ ਖੜੇ ਹੋਣਾ ਬੜੀ ਹਿੰਮਤ ਦੀ ਗੱਲ ਆ। ਕਿਸੇ ਕੋਲ ਇੰਨਾ ਦਮ ਨਹੀਂ ਹੈਗਾ, ਕਿਸੇ ਪਾਰਟੀ ਤੋਂ ਦਮ ਨਹੀਂ, ਮੇਰੇ ਤੇ ਦਮ ਵਾ, ਮੈਂ ਖੜਾ ਵਾਂ। ਦੱਸਾਂਗੇ ਕੋਮਲਾਂ ਤੋਂ ਮੈਨੂੰ ਮਾੜਾ ਜਿਹਾ, ਅੱਜ ਹੀ ਆ ਨਾ, ਅੱਜ ਮੈਂ ਆਇਆ, ਪਹਿਲੇ ਦਿਨ ਤੇ ਆਇਆ ਮੈਂ, ਪਹਿਲੇ ਦਿਨ ਕੋਮਲਾਂ ਤੋਂ ਸ਼ਹੀਦਾਂ ਦਾ ਮੱਥਾ ਟੇਕ ਲੈਂਦੋ, ਫਿਰ ਆਪਾਂ ਝੰਡਾ ਚਾੜ ਦੇਣਾ, ਇੱਥੇ ਬਹਿ ਜਾਣਾ ਫਿਰ। ਉਹ ਹੀਰੇ ਨੂੰ ਵੋਟਾਂ ਨੀ ਪੈਣੀਆਂ, ਕਾਰਨ ਕੀ ਹੈ? 5 ਹੀ ਪੈਣੀਆਂ ਉਹਨੂੰ ਵੀ। ਹੀਰਾ ਹੀਰਾ ਪਨੀਰ ਵਾਲਾ ਜਿਹੜਾ ਬਹੁਤ ਮਹਿੰਗੀ ਹੈ, ਮਹਿੰਗਾ ਪਨੀਰ ਆਉਂਦਾ ਤਾਂ ਕਰਕੇ। ਮੇਰੀ ਬੇਨਤੀ ਹੈ ਕਿ ਅੱਜ ਤੁਸੀਂ ਰਾਮਲੀਲਾ ਮੈਦਾਨ ਨਹੀਂ ਗਏ? ਅੱਜ ਜਾਵਾਂ, ਕੱਲ ਜਾਵਾਂਗੇ ਜੀ। ਮੇਰੀ ਕਾ ਮੇਲਾ, ਮੈਨੂੰ ਪਤਾ ਨਹੀਂ ਸੀਗਾ, ਮੈਂ ਅੱਜ ਹੁਣ ਹੀ ਆਇਆ ਹੀ ਆ ਭਾਜੀ। ਨੈਕਸਟ ਆਇਆ ਚਾਹ ਪੀਣ ਲੱਗਿਆ, ਹੀਰਾ ਪਨੀਰ ਵਾਲਾ ਕੰਪਨੀ ਦਿਖਾ ਲੱਗੇ, ਉਹਨੇ ਮੈਨੂੰ ਥੋੜਾ ਮਹਿੰਗਾ ਲਾਤਾ। ਮੈਂ ਕਿਹਾ ਮੈਨੂੰ ਕੋਈ ਮਹਿੰਗਾ, ਕਹਿੰਦਾ ਤੂੰ ਤਗੜਾ ਲੀਡਰ ਆ। ਮੈਂ ਕਿਹਾ ਯਾਰ ਆਹ ਕਿਹੜੀ ਗੱਲ ਹੋਈ? ਮੈਂ ਕਿਹਾ ਕੋਈ ਗੱਲ ਨੀ, ਆਪਾਂ ਫ੍ਰੀ ਖਾ ਕੇ ਜਾਵਾਂਗੇ ਹੁਣ ਉਹਦੇ ਕੋਲ। ਕਹਿੰਦਾ ਹੁਣ ਪੈਸੇ ਨੀ ਲੈਣੇ ਤੇਰੇ ਕੋਲ। ਭਾਜੀ ਕੀ ਹੋਇਆ, ਸੁਣੋ ਮੇਰੀ ਗੱਲ, ਇੱਕ ਰਾਜਾ ਵਾ, ਜੇ ਉਹਦੇ ਸਾਹਮਣੇ ਤਾਨਾਸ਼ਾਹੀ ਸਰਕਾਰ ਨਹੀਂ ਹੋਏਗੀ, ਫਿਰ ਉਹ ਰਾਜਾ ਕਾਹਦਾ ਰਹਿ ਗਿਆ? ਫਿਰ ਤਾਂ ਉਹਦੀ ਮਨ ਮਰਜ਼ੀ ਚੱਲੀ ਨਾ, ਪਿੰਗ ਪੁੰਗੀਆ ਸਰਕਾਰ ਬਣ ਗਈ, ਦਕਸ਼ਣ ਕੋਰੀਆ ਸਰਕਾਰ ਬਣ ਗਈ, ਅਗਲੀ ਵਾਰ ਉਹਨੇ ਵੋਟਾਂ ਨਹੀਂ ਕਰਨ ਦੇਣੀਆਂ, ਠੀਕ ਹੈ ਨਾ? ਇਸ ਕਰਕੇ ਆਪਾਂ ਵੋਟਾਂ ਲੈਣੀਆਂ ਤੇ ਜਿੱਤ ਕੇ ਦਿਖਾਉਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।